ਆਪਣਾ ਨਾਮ ਸਰ? ਮੇਰਾ ਨਾਮ ਗੁਰਵਜਨ ਸਿੰਘ ਚਪਾਈ। ਅੱਜ ਅਸੀਂ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਜਿਹੜਾ ਵਾ ਦਿੱਲੀ ਧਰਨੇ ਦੀ ਤਿਆਰੀ ਕਰਕੇ ਇੱਥੋਂ ਜਾਣ ਵਾਸਤੇ ਜਿਹੜੀ ਆ ਤਿਆਰੀ ਕੀਤੀ ਆ, ਅਸੀਂ ਇਕੱਠੇ ਹੋਏ ਹਾਂ ਕਿਉਂਕਿ ਜਿਹੜਾ 3 ਖੇਤੀ ਬਿੱਲ ਆਰਡੀਨੈਂਸ ਜਿਹੜਾ ਮੋਦੀ ਸਰਕਾਰ ਨੇ ਲਿਆ ਕੇ ਕਿਸਾਨਾਂ ਉੱਤੇ ਥੋਪਣ ਦੀ ਤਿਆਰੀ ਆ, ਉਹਨੂੰ ਰੱਦ ਕਰਵਾਉਣ ਵਾਸਤੇ ਜਿਹੜਾ ਵਾ ਅਸੀਂ ਇੱਥੋਂ ਤਿਆਰੀ ਕੀਤੀ ਆ ਅਤੇ ਦਿੱਲੀ ਤੋਂ ਜਾ ਕੇ ਧਰਨਾ ਲਾ ਕੇ ਅਤੇ ਮੋਦੀ ਸਰਕਾਰ ਦੀ ਧੌਣ 'ਤੇ ਗੋਡਾ ਰੱਖ ਕੇ ਇਹ ਜਿਹੜੇ ਵਾ ਬਿੱਲ ਰੱਦ ਕਰਵਾਵਾਂਗੇ। ਉਹਦੀ ਤਿਆਰੀ 'ਚ ਅਸੀਂ ਇੱਥੇ ਜਿਹੜੇ ਇਕੱਠੇ ਹੋਏ ਹਾਂ, ਪੂਰਾ ਰਾਸ਼ਨ ਪਾਣੀ ਲੈ ਕੇ 6-6 ਮਹੀਨਿਆਂ ਦਾ ਰਾਸ਼ਨ ਪਾਣੀ ਦੇ ਸਾਰੇ ਪ੍ਰਬੰਧ ਜਿਹੜੀਆਂ ਰੋਜ਼ ਦੀਆਂ ਲੋੜੀਂਦੀਆਂ ਚੀਜ਼ਾਂ ਨੇ ਉਹ ਸਾਰੀਆਂ ਇਕੱਠੀਆਂ ਕਰਕੇ ਅਸੀਂ ਅਤੇ ਲੈ ਕੇ ਤੁਰੇ ਹਾਂ ਅਤੇ ਇਹ ਤੋਂ ਅੱਗੇ ਵੀ ਲੋੜ ਪਊਗੀ ਤਾਂ ਹੋਰ ਪਹੁੰਚਾਉਂਦੇ ਰਹਾਂਗੇ। ਬਿਲਕੁਲ ਵੱਡੀ ਤਿਆਰੀ ਦੇ ਨਾਲ ਅਸੀਂ ਇੱਥੋਂ ਜਿਹੜਾ ਜਥਾ ਵਾ ਉਹ ਲੈ ਕੇ ਦਿੱਲੀ ਨੂੰ ਕੂਚ ਕਰਨਾ। ਜਿਹੜਾ ਹਰਿਆਣਾ ਬਾਰਡਰ ਦੇ ਉੱਤੇ ਜਿਹੜਾ ਕਿਸਾਨਾਂ ਦੇ ਕਪਰਸਰ ਹਟਾਇਆ ਜਾ ਰਿਹਾ ਵਾ, ਉਹਦੇ ਬਾਰੇ ਸਰ ਕੀ ਕਹਿਣਾ? ਜਿਹੜਾ ਹਰਿਆਣਾ ਦੀ ਖੱਟੜ ਸਰਕਾਰ ਵੱਲੋਂ ਇਹ ਕਿਸਾਨਾਂ ਦੇ ਅੰਦੋਲਨ ਦੇ ਉੱਤੇ ਕਹਿਰ ਕੀਤਾ, ਤਸ਼ੱਦਦ ਕੀਤਾ, ਲਾਠੀਚਾਰਜ ਦਾ ਪਾਣੀ ਦੀਆਂ ਵਿਛਾੜਾਂ ਮਾਰੀਆਂ ਜਾਂ ਰੋਕਾਂ ਲਾਈਆਂ ਵੱਡੀਆਂ ਵੱਡੀਆਂ, ਅਸੀਂ ਖੱਟੜ ਸਰਕਾਰ ਦੀ ਸਖਤ ਸ਼ਬਦਾਂ ਦੀ ਨਿਖੇਧੀ ਕਰਦੇ ਹਾਂ ਅਤੇ ਨਾਲ ਕਹਿੰਦੇ ਹਾਂ ਵੀ ਮੋਦੀ ਸਰਕਾਰ ਦੀ ਸ਼ਹਿ 'ਤੇ ਹੀ ਖੱਟੜ ਸਰਕਾਰ ਇਹ ਰੋਕਾਂ ਲਾ ਰਹੀ ਆ, ਤਾਂ ਕਿ ਪੰਜਾਬ ਦੇ ਕਿਸਾਨ ਜਿਹੜੇ ਆ ਬਹਾਦਰ ਲੋਕ ਆ ਇਹ ਕਿਤੇ ਦਿੱਲੀ ਵੱਲ ਨੂੰ ਕੂਚ ਨਾ, ਇਹਨਾਂ ਰਸਤੇ ਵਿੱਚ ਹੀ ਰੋਕਿਆ ਜਾਵੇ। ਪਰ ਬਹੁਤ ਵੱਡੇ ਪੱਧਰ 'ਤੇ ਹਰਿਆਣਾ ਸਰਕਾਰ ਦੀਆਂ ਰੋਕਾਂ ਜਿਹੜੀਆਂ ਵਾ ਉਹਨਾਂ ਨੂੰ ਉਹਨਾਂ ਦੀ ਬਿਨਾਂ ਪ੍ਰਵਾਹ ਕੀਤਿਆਂ ਕਿਸਾਨ ਰੋਕਾਂ ਤੋੜ ਕੇ ਜਿਹੜਾ ਵਾ ਦਿੱਲੀ ਵੱਲ ਨੂੰ ਕੂਚ ਕਰ ਗਿਆ। ਇਹ ਮੋਦੀ ਸਰਕਾਰ ਦੇ ਸੋਚਣ ਦਾ ਵਿਸ਼ਾ ਵਾ ਵੀ ਇਹ ਉਹਦੀਆਂ ਨਿੱਕੀਆਂ ਨਿੱਕੀਆਂ ਰੋਕਾਂ ਲਾਈਆਂ, ਇਹ ਕਦੇ ਵੀ ਕਿਸਾਨ ਰੋਹ ਨੂੰ ਜਿਹੜਾ ਵਾ ਠੇਲ ਨਹੀਂ ਸਕਦੀ। ਦਿੱਲੀ ਸਰਕਾਰ ਵੱਲੋਂ ਇਹ ਵੀ ਹੁਕਮ ਜਾਰੀ ਜਿਹੜੇ ਕੀਤੇ ਗਏ ਨੇ ਕਿ ਜਿਹੜੇ 1 ਲੱਖ ਜਿਹੜੇ ਕਿਸਾਨਾਂ ਨੂੰ ਅਰੈਸਟ ਕਰਨ ਦੇ ਜਿਹੜੇ ਉਹ ਨੋਟਿਸ ਵੀ ਕੱਟ ਦਿੱਤਾ ਗਿਆ, ਪਰ ਉਹਦੇ ਦੌਰਾਨ ਜਿਹੜੇ ਬਾਕੀਆਂ ਨੂੰ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਉਹਦੇ ਬਾਰੇ ਕੀ ਕਹਿਣਾ? ਦੇਖੋ ਜੀ, ਮੋਦੀ ਸਰਕਾਰ 1 ਲੱਖ ਨੂੰ ਕਰ ਲਏ, 2 ਲੱਖ ਨੂੰ ਕਰ ਲਏ, ਜਿੰਨਾ ਮਰਜ਼ੀ ਕਰ ਲਏ, ਲੱਖਾਂ ਲੋਕ ਜਿਹੜੇ ਆ ਦਿੱਲੀ ਨੂੰ ਕੂਚ ਕਰਨਗੇ। ਇਹ ਗ੍ਰਿਫਤਾਰੀਆਂ ਤੋਂ ਕਦੇ ਵੀ ਨਹੀਂ ਡਰਦੇ। ਜੇ ਗ੍ਰਿਫਤਾਰੀਆਂ ਤੋਂ ਡਰਨਾ ਤਾਂ ਅਸੀਂ 7 ਸਤੰਬਰ ਨੂੰ ਇੱਥੋਂ ਅੰਮ੍ਰਿਤਸਰ ਤੋਂ DC ਦਫ਼ਤਰਾਂ ਤੋਂ ਜੇਲ੍ਹਪੁਰੋਂ ਮੋਰਚਾ ਸ਼ੁਰੂ ਕੀਤਾ ਸੀ। ਅਸੀਂ ਕਿਹਾ ਸੀ ਸਾਨੂੰ ਕਰੋ ਗ੍ਰਿਫਤਾਰ ਲੈ ਜਾਓ ਜਿੰਨੇ ਚਾਹੀਦੇ ਆ, ਪਰ ਸਰਕਾਰ ਨੇ ਹੱਥ ਖੜੇ ਕਰ ਦਿੱਤੇ ਆ। ਇਹ ਲੱਖ ਕੀ ਜਿੰਨੇ ਮਰਜ਼ੀ ਇਹੋ ਜਿਹੇ ਡਰਾਵਿਆਂ ਤੋਂ ਪੰਜਾਬ ਦੇ ਲੋਕ ਜਿਹੜੇ ਆ ਨਹੀਂ ਘਬਰਾਉਂਦੇ, ਦੇਸ਼ ਦੇ ਲੋਕ ਨਹੀਂ ਘਬਰਾਉਂਦੇ। ਦੇਸ਼ ਦੇ ਲੋਕਾਂ ਨੇ ਆਪਣੇ ਹਿੱਤਾਂ ਦੀ ਰਾਖੀ ਲਈ ਲੜਨਾ ਵਾ। ਇਹ ਜਿੰਨੀਆਂ ਮਰਜ਼ੀ ਜੇਲ੍ਹਾਂ ਦੇ ਵਿੱਚ ਲੈ ਜੇ, ਜੇਲ੍ਹਾਂ ਦੇ ਵਿੱਚ ਵੀ ਅਸੀਂ ਜਿਹੜਾ ਵਾ ਆਪਣੇ ਅੰਦੋਲਨ ਜਾਰੀ ਰੱਖਾਂਗੇ ਅਤੇ ਮੋਦੀ ਸਰਕਾਰ ਨੂੰ ਝੁਕਾ ਕੇ ਹੀ ਜਿਹੜਾ ਵਾ ਦਮ ਲਵਾਂਗੇ। ਅੰਮ੍ਰਿਤਸਰ ਤੋਂ ਜਤਿੰਦਰਪਾਲ ਸਿੰਘ ਕਲੇਰ ਦੀ ਖਾਸ ਰਿਪੋਰਟ।